ਇਹ ਬੜੀ ਲੰਬੀ ਹਿਸਟਰੀ ਆ, ਹੁਣ ਤੁਸੀਂ ਛੱਡ ਨਹੀਂ ਨਹੀਂ ਦੱਸੋ ਗੱਲ ਸੁਣਾਓ। ਇਹ ਬਹੁਤ ਲੰਬੀ ਉੱਨੀ ਹੁਣ ਖੜੇ ਨੂੰ ਲੰਗਰ ਚੱਲੋ, ਤੁਸੀਂ ਕਿਤੇ ਆ ਜਾਓ। ਅੱਛਾ ਫਿਰ ਤੁਹਾਡੀ ਇੰਟਰਵਿਊ ਤੱਕ ਕਰਨੀ ਆਪਾਂ ਸਾਰੀ ਹਿਸਟਰੀ ਕਰਾਵਾਂ। ਸਾਡਾ ਜਿਹੜਾ ਉੱਥੇ ਮਾਲ ਵੀ ਰਹਿ ਗਿਆ ਦੱਬਿਆ ਪਿਆ, ਲਿਆਉਣ ਦਾ ਬਾਪੂ ਜੀ ਬਿਮਾਰ ਹੋ ਗਏ। ਅੱਛਾ ਦੱਬਿਆ ਤਾ ਚੱਕੀ ਜਿਹੜੀ ਦੱਬਿਆ ਪਿਆ ਤਾ ਉੱਥਾ। ਅੱਛਾ ਉੱਥੇ ਜਿਹੜਾ ਖਜ਼ਾਨਾ ਦੱਬਿਆ ਤਾ ਉਹ ਉੱਕਣੀ ਰਹਿ ਗਿਆ, ਉੱਕਣੇ ਰਹਿ ਗਿਆ। ਉਹ ਕਿਹਨੂੰ ਪਤਾ ਉਹਦੀ ਕੋਈ ਨਿਸ਼ਾਨੀ ਹੈ ਕਿਸੇ ਨੂੰ? ਕਹਿ ਰਿਹਾ ਮਾਂ ਨੂੰ ਆਪਣੀ ਦਿੱਖ ਸੁਣ ਲਓ ਗੱਲ, ਬੜੀ ਮਾਂ ਨੂੰ ਮੈਂ ਕਹਿ ਰਿਹਾ। ਅੱਛਾ ਜਦ ਮਾੜੀ ਜੀ ਢਿੱਲ ਮਿਸ ਹੋਈ ਆ, ਹਾਂ ਮੈਂ ਬਥੇਰਾ ਕਿਹਾ ਬਈ ਮਾਂ ਮੈਨੂੰ ਤੂੰ ਜਾਣ ਦੇ। ਅੱਛਾ ਮੈਂ ਛੋਟੇ ਤਾਂ ਨਾ, ਮੈਂ ਬਹੁਤ ਛੋਟਾ ਤਾ। ਹਾਂ ਮੈਂ ਕਿਹਾ ਜਦ ਮਜ਼ੂਰੀ ਮਜ਼ਾਰੀ ਲੈ ਕੇ ਜਮਾਂ ਕਿਸੇ ਬੰਦੇ ਨੂੰ ਨਾਲ ਲੈ ਲੈਂਦੇ ਰਿਸ਼ਤੇਦਾਰ ਨੂੰ, ਹਾਂ ਵੀ ਜਾਏ ਨਾ ਵੀ ਜਾ ਕਾ ਮਨਜੂਰੀ ਦੇ ਨਾਲ ਨਾਲ ਪੁਲਿਸ ਤਾਂ ਹੁੰਦੀ ਉਹ। ਹਾਂ ਚਲੋ ਵੀ ਚਲੋ ਉਦੇੜ 'ਤੇ ਕੱਢ ਲਿਆਊਂਗਾ, ਕੱਢ ਲਿਆਊਂਗਾ ਮੈਂ। ਅੱਛਾ ਮੰਨੀ ਕਹਿੰਦੀ ਅਸੀਂ ਜਾਣਾ ਜਾਂਦਾ ਜਾਣ ਦੇ, ਅਸੀਂ ਤਾਂ ਜਾਣ ਡਿੰਗ ਨਹੀਂ ਪੱਟਣੀ ਉੱਧਰ। ਅੱਛਾ ਬੜੀ ਲੱਗੀ ਕਹਿਣ ਉਹ। ਫਿਰ ਜੇ ਤੁਹਾਨੂੰ ਯਾਦ ਹੈ ਕਿੱਥੇ ਪਿਆ ਸੀਗਾ ਉਹ, ਕਿੱਥੇ ਦੱਬਿਆ ਸੀ ਕੁਛ? ਮੇਰਾ ਐਂ ਦਰਵਾਜ਼ਾ ਦਾ। ਅੱਛਾ ਆਹ ਕਹਿੰਦੀ ਸੀ। ਅੱਛਾ ਇੱਥੇ ਚੱਕੀ। ਅੱਛਾ ਇੰਨਾ ਮੈਨੂੰ ਪਤਾ ਹੈ। ਅੱਛਾ ਚੱਕੀ ਦੇ ਥੱਲੇ ਦਾ, ਚੱਕੀ ਦੇ ਥੱਲੇ ਦਾ। ਅਤੇ ਜਦ ਆਜ਼ਾਦ ਹੋਇਆ ਦੇਸ਼ 47 ਦੇ ਪਾੜੇ ਪਏ, ਉਦੋਂ ਕਿੰਨੀ ਸੀ ਉਮਰ ਤੁਹਾਡੀ? ਸ਼ਾਇਦ ਮੇਰੀ ਉਮਰ ਤਕੜੀ ਸੀ ਇੰਨਾ ਤਾਂ ਮੈਂ। ਅੱਛਾ 14 ਸਾਲ ਦੇ ਸੀਗੇ। ਸਾਰੇ ਮੈਂ ਦੇਖੇ, ਵੱਢ ਟੁੱਕ ਹੁੰਦੀ ਮੈਂ ਦੇਖੀ ਆ, ਵੱਢ ਟੁੱਕ ਹੁੰਦੀ ਦੇਖੀ ਆ। ਹਾਂ ਜਸਨਾਣੇ ਦਾ ਕੰਮ ਜੁੜ ਕੇ ਆਇਆ, ਅੱਛਾ ਗੋਭੀ ਚੱਲੀ ਆ। ਹਾਂ ਜਦ ਐਨ ਅਸੀਂ ਤਕੜੇ ਤਾਂ ਅਸੀਂ ਆ ਗਏ ਭੱਜਣ ਨਾਲ, ਆਉਂਦੇ ਤਾਂ ਫਿਰ ਸਾਨੂੰ ਮੋੜ ਦਿੰਦੇ ਤੇ ਬੜੇ ਬੜੇ ਜਿਹੜੇ ਬੜੇ ਆਦਮੀ ਤੇ। ਅੱਛਾ ਚੇਤਾ ਜੀ ਛੋਟੇ ਅਸੀਂ ਵੀ ਜਾਂਦੇ ਦੇਖ, ਪਹਿਲੇ ਸਾਨੂੰ ਮੋੜ ਦਿੰਦੇ ਤੇ ਘੂਰ ਕਹਿੰਦਾ ਸਾਨੂੰ ਮੋੜ ਲੈ ਜਾਓ ਘਰ ਭੱਜੋ ਤੁਸੀਂ ਇੱਥੋਂ। ਜਿਹੜੇ ਸਲਾਣੇ ਵਾਲੇ ਆਏ ਸੀ ਸਾਰੇ? ਸਲਾਣੇ ਦਾ ਕੰਮ ਤਾਂ ਬਹੁਤ ਬੜਾ, ਮੁਸਲਮਾਨ ਦਾ ਇਕੱਠਾ ਹੋਇਆ ਪਿਆ। ਅੱਛਾ ਉਹ ਫਿਰ ਉੱਥੇ ਤਾਂ ਉੱਥੇ ਇਕੱਠੇ ਹੋਈ ਗਏ, ਜਿਕਣਾ ਇਕੱਠੇ ਹੋ ਕੇ ਫਿਰ ਇੱਕ ਇੱਥੇ ਕੈਂਪ ਲੱਗਿਆ ਤਾ ਸਰਦਾਰ ਗੁਰਦਾਸ ਸਿੰਘ ਬਾਗ 'ਚ ਖਾਲਸਾ ਸਕੂਲ ਦੇ ਪਹਿਲੇ ਜਿਹੜੇ ਅੰਬ 'ਤੇ, ਅੰਬਾਂ ਦੇ ਬਾਗ 'ਚ ਬਹੁਤ ਬੜਾ ਬਾਗ ਤਾ। ਇੱਥੇ ਹੋਰ ਕੁਛ ਨਹੀਂ ਤਾਂ ਸਕੂਲੇ ਸਕੂਲ ਦਾ, ਪੀੜ ਦੀਆਂ ਮਾਲੀ ਰਹੇ ਕਰਦਾ ਤਾ ਇੱਥਾ। ਅੱਛਾ ਅੰਬਾਂ 'ਚ ਦੋ ਗਾਂ ਰੱਖੀਆਂ ਮਿੱਤੀਆਂ। ਅੱਛਾ ਘਰ ਆ ਗਈ ਧੀ, ਇੱਕ ਦਾ ਨਿਆਣਾ ਹੋਣਾ ਕੁਛ ਉਹ ਉੱਥਾ ਉਹ। ਤੁਹਾਡਾ ਨਾਂ ਕੀ ਹੈ? ਗੁਰਦੇਵ ਸਿੰਘ। ਗੁਰਦੇਵ ਸਿੰਘ ਜੀ, ਨੰਬਰਦਾਰ ਸੀਗੇ ਤੁਸੀਂ? ਹੈ ਨੰਬਰਦਾਰ ਤਾਂ ਪਾਕਿਸਤਾਨ। ਤੁਹਾਡੇ ਪਿਤਾ ਜੀ ਕੀ ਕਰਦੇ ਸੀਗੇ? 47 'ਚ ਨੰਬਰਦਾਰੀ ਲਿੱਤੀ ਆ। ਅਤੇ ਤੁਹਾਡੇ ਪਿਤਾ ਜੀ ਕੀ ਕਰਦੇ ਸੀ? ਖੇਤੀ ਉਹ ਕਰਦੇ ਤੇ ਪਾਕਿਸਤਾਨ। ਪਾਕਿਸਤਾਨ ਵੀ ਜਾਣਾ ਜਾ ਖੇਤੀ, ਉਹ ਦੋ ਬੰਦੇ ਉੱਥੇ ਰੱਖੇ ਵਿੱਚ ਇੱਥੇ ਦੇ ਨੌਕਰ, ਦੋ ਬੰਦੇ ਇੱਥੇ ਦੇ ਇੱਥੇ ਰੱਖੇ ਵਿੱਚ ਨੌਕਰ, ਇੱਕੇ ਕਰਦੇ ਚਾਰ ਬੰਦੇ ਦੇ ਸਾਡੇ ਕੋਲ। 17 ਸਾਲ ਰਹੇ ਸਾਡੇ ਬਹੁ। ਉੱਧਰ ਵੀ ਖੇਤੀ ਸੀ ਤੁਹਾਡੀ ਅਤੇ ਇੱਧਰ ਵੀ ਸੀ? ਖੇਤੀ ਬਹੁਤ ਬੜੀ ਨਹੀਂ, ਦੋਵੇਂ ਪਾਸੇ ਸੀ ਤੁਸੀਂ ਫਿਰ ਆਉਂਦੇ ਜਾਂਦੇ ਸੀਗੇ? ਹਾਂ ਮੈਂ ਦੋਵੇਂ ਪਾਸੇ ਗਿਆ, 5-7 ਮਤਲਬ ਜਦ ਤਾਂ ਸਾਂਝਾ ਸੀ ਨਾ, ਇੱਕੋ ਸੀਗਾ ਜਦ ਤਾਂ ਇੱਥੇ ਤਾਂ ਟਿਕਟ ਲੈਣਾ ਸਰਹੰਦ 'ਤੇ। ਹਾਂ ਗੱਡੀ ਬੈਠੋ, ਹਾਂ ਅੰਬਰਸਰ ਨੂੰ ਹੋਗਾ ਲਾਹੌਰ ਉਤਰਿਓ। ਅੱਛਾ ਲਾਹੌਰ 'ਤੇ ਛੋਟੀ ਲਾਈਨ ਆਉਂਦੀ ਤੀ, ਛੋਟੀ ਲਾਈਨ ਬੈਠ ਜਾਓ। ਅੱਛਾ ਆਪਣੇ ਰੜਿਆਲਾ ਰੋਡ ਸਟੇਸ਼ਨ ਦਾ। ਉੱਥੇ ਤੁਹਾਡਾ ਪਿੰਡ ਕਿਹੜਾ ਸੀ, ਕੀ ਨਾਂ ਸੀ ਪਿੰਡ ਦਾ? ਚੱਕ ਨੰਬਰ 36। ਚੱਕ ਨੰਬਰ 36 ਅਤੇ ਇਹਨੂੰ ਜ਼ਿਲ੍ਹਾ ਕੀ? ਲੈਲਪੁਰ। ਲੈਲਪੁਰ ਤਹਿਸੀਲ ਜੜ੍ਹਾਂ ਵਾਲਾ। ਤਹਿਸੀਲ ਕਿਹੜੀ? ਜੜ੍ਹਾਂ ਵਾਲਾ। ਜੜ੍ਹਾਂ ਵਾਲਾ ਡਾਕਖਾਨਾ ਸਿਲਸਿਆਣਾ ਬੰਗਲਾ। ਅੱਛਾ ਯਾਦ ਆ ਤੁਹਾਨੂੰ ਸਾਰਾ ਕੁਛ? ਸਭ ਕੁਛ ਯਾਦ ਹੈ ਮੇਰੇ ਰੱਖਣ ਡੱਕਾ। ਪਿੰਡ ਜੇ ਤੁਹਾਨੂੰ ਲੈ ਜਾਈਏ ਇਸ ਟਾਈਮ ਤੁਹਾਡੇ ਪਿੰਡ, ਤਾਂ ਤੁਸੀਂ ਆਪਣਾ ਘਰ ਲੱਭ ਲਉਂਗੇ ਉੱਥੇ? ਐਨ ਆਰਾਮ ਨਾਲ। ਹੈ ਆਰਾਮ ਨਾਲ, ਆਰਾਮ ਨਾਲ ਲੱਭ ਲਉਂਗੇ। ਹਾਂ ਅੱਛਾ ਮੈਂ ਪਿਛਾ, ਇਹ ਬੜੀ ਲੰਬੀ ਹਿਸਟਰੀ ਆ, ਤੁਸੀਂ ਨਹੀਂ ਨਹੀਂ ਦੱਸੋ ਗੱਲ ਸੁਣਾਓ।
ਇਹ ਬਹੁਤ ਲੰਬੀ ਉੱਨੀ ਹੁਣ ਖੜੇ ਨੂੰ ਲੰਗਰ ਚੱਲੋ ਤੁਸੀਂ ਕਿਤੇ ਆ ਜਾਓ। ਅੱਛਾ ਫਿਰ ਤੁਹਾਡੀ ਇੰਟਰਵਿਊ ਤੱਕ ਕਰਨੀ ਆਪਾਂ ਸਾਰੀ ਹਿਸਟਰੀ ਕਰਾਵਾਂ। ਸਾਡਾ ਜਿਹੜਾ ਉੱਥੇ ਮਾਲ ਵੀ ਰਹਿ ਗਿਆ ਦੱਬਿਆ ਪਿਆ, ਲਿਆਉਣ ਦਾ ਬਾਪੂ ਜੀ ਬਿਮਾਰ ਹੋ ਗਏ। ਅੱਛਾ ਦੱਬਿਆ ਤਾ ਚੱਕੀ ਜਿਹੜੀ ਦੱਬਿਆ ਪਿਆ ਤਾ ਉੱਥਾ ਸਾਰਾ ਬਾਪੂ ਜੀ ਦੇ ਦੋ ਵਿਆਹ ਤੇ। ਅੱਛਾ ਪਹਿਲੇ ਸਾਡੀਆਂ ਚਾਰ ਭੈਣਾਂ ਤੀਆਂ। ਅੱਛਾ ਅੱਛਾ ਫਿਰ ਮਾਂ ਸਾੜੀ ਲੱਗੀ ਕਹਿਣ ਉਹਨੂੰ, ਤੁਸੀਂ ਸੁਣੋ ਡੇਰਾ ਬਸੀ ਬੜੀ ਭਾਰੀ ਉਹ ਫੈਕਟਰੀ ਦੇ ਮਾਲਕ ਚੱਲਦੀਆਂ ਕਈ ਚੱਲਦੀਆਂ ਬਣਾਈਆਂ ਡਰਲਾ ਮਸ਼ੀਨਾਂ ਬੋਰ ਕਰਨ ਵਾਲੀਆਂ, ਗੁਰਨਾਮ ਸਿੰਘ। ਅੱਛਾ ਮਸ਼ਹੂਰ ਆ ਤੁਸੀਂ ਦੇਖਿਆ ਹੋਣਾ ਗੁਰਨਾਮ ਸਿੰਘ। ਅੱਛਾ ਮਰ ਲਿਆ ਉਹਦਾ ਹੁਣ ਚਲੋ ਚਾਚੇ ਦਾ ਮੁੰਡਾ ਸਾਡੇ ਦਾ। ਅੱਛਾ ਸਾਡੀ ਜ਼ਮੀਨ ਇੱਥੇ ਵੀ ਤੀ ਜਿੱਥੇ ਪੀ ਜੀ ਆਈ ਬਣਿਆ ਸੈਣੀ ਮਾਜਰਾ, ਉੱਥੇ ਵੀ ਤੀ। ਅੱਛਾ ਸੈਣੀ ਮਾਜਰੇ ਵੀ, ਸੈਣੀ ਮਾਜਰਾ ਵੀ ਤੀ। ਅੱਛਾ ਉਹ ਸੈਣੀ ਮਾਜਰੇ ਦੀ ਜ਼ਮੀਨ ਸਾਰੀ ਹੁਣ ਉੱਥੇ ਤੇ ਆ ਕਾ ਉਹ ਪਈ ਜਾ ਕਾ ਅੰਬੂਜਾ ਫੈਕਟਰੀ ਦੇ ਕੋਲ। ਅੱਛਾ ਰੋਪੜ ਕੋਲ ਹਾਂ, ਨੂਹੋ ਪਿੰਡ ਕੋਲ, ਨੂਹੋ ਦੇ ਕੋਲ। ਅੱਛਾ ਪਰਲੇ ਪਾਸੇ ਹਾਂ ਹਾਂ ਹਾਂ, ਉੱਥੇ ਪਈ ਜਾ ਕੇ ਅਤੇ ਨਿਹੋਲ ਕੇ। ਫਿਰ ਤੁਸੀਂ ਨਿਹੋਲ ਕੇ ਵੀ ਸ਼ੁਰੂ ਤੋਂ ਹੀ ਰਹਿੰਦੇ ਸੀਗੇ ਕਿ ਬਾਅਦ 'ਚ ਆਏ? ਪਹਿਲਾਂ ਤਾਂ ਨਿਹੋਲ ਕੇ ਹੀ ਰਹਿੰਦੇ ਤੇ ਨਿਹੋਲ ਕੇ ਹੀ ਜੜ ਲੱਗੀ ਸਾਰੀ। ਅੱਛਾ ਨਿਹੋਲਕਾ ਜੜ ਸੀ। ਅੱਛਾ ਕਿਤੇ ਉਹਨਾਂ ਕਹਿਤਾ ਸਾਡੇ ਚਾਚੇ ਨਾਲ ਵੀ ਸਾਡੇ ਜੋਗੇ ਹੀ ਸਭ ਕੁਛ, ਇਸ ਤਰ੍ਹਾਂ ਛੇ ਜੋਜੇ ਸਾਰੇ ਵੀ ਚਾਰ ਬਾਬੇ ਦੇ ਸਾਡੇ ਬਾਪ ਦੇ। ਅੱਛਾ ਭਾਈ ਚਾਚੇ ਤਾਏ ਤੁਹਾਡੇ? ਹਾਂ ਇੱਕ ਮੈਂ ਚੌਥਾ ਹਿੱਸਾ ਸਾਡਾ ਲਾ ਤਿੰਨ ਹਿੱਸੇ ਉਹਨਾਂ ਨੇ ਦਿੱਤੇ। ਅੱਛਾ ਉਹ ਵੀ ਇਕੱਲੇ ਇਕੱਲੇ ਤੇ? ਠੀਕ ਹੈ। ਮੈਂ ਫਿਰ ਜ਼ਮੀਨ ਵੰਡਣ ਮੈਂ ਵੀ ਥੋੜ੍ਹੀ ਆਉਣੀ ਸੀ ਫਿਰ। ਹਾਂ ਮੈਂ ਬਾਪੂ ਜੀ ਨਾਲ ਬਹੁਤ ਜ਼ਮੀਨ ਖਰੀਦੀ ਫਿਰ ਪਾਕਿਸਤਾਨ 'ਚ ਖੇਤੀ ਬਹੁਤ ਕਰੀ। ਅੱਛਾ ਬਹੁਤ ਜ਼ਿਆਦਾ ਬੋਰੇ ਕਰਾਇਆ ਢੋਣਾ ਲੈਲਪੁਰ ਨੂੰ, ਬੋਰੇ ਕਪਾਹ ਦੇ ਬੋਰੇ ਲੱਦ ਲੱਦ ਕਾ ਬਹੁਤ ਕੰਮ ਕਰਿਆ ਉਹਨਾਂ ਕਹਿ ਲਿਖਣ। ਬੜੀ ਮਾਂ ਸਾਡੀ ਉੱਥੇ ਰਹਿੰਦੀ ਤੀ। ਅੱਛਾ ਛੋਟੀ ਮਾਂ ਸਾਡੀ ਇੱਥੇ ਰਹਿੰਦੀ ਤੀ। ਅੱਛਾ ਬੜੀ ਮਾਂ ਛੋਟੀ ਮਾਂ ਕਹਿੰਦੇ ਤੇ? ਹਾਂ ਛੋਟੀ ਇੱਥੇ ਰਹਿੰਦੀ। ਅੱਛਾ ਬੜੀ ਉੱਥੇ ਰਹਿੰਦੀ ਤੀ ਦੋ ਵਿਆਹ ਤੇ? ਦੋ ਵਿਆਹ ਤੇ, ਇੱਕ ਨੂੰ ਬੜੀ ਮਾਂ ਕਹਿੰਦੇ ਤੇ ਇੱਕ ਨੂੰ ਛੋਟੀ ਮਾਂ। ਹਾਂ ਛੋਟੀ ਮਾਂ ਦੇ ਫਿਰ ਅਸੀਂ ਚਾਰ ਤਿੰਨ ਤੇ। ਅੱਛਾ ਛੋਟੀ ਮਾਂ ਦੇ ਮੈਂ ਤਾਂ, ਹਾਂ ਇੱਕ ਸੰਤ ਜਿਹੜੇ ਮਰਲੇ ਅਜੀਤ ਸਿੰਘ ਪਰਿਵਾਰ ਵਿਛੋੜੇ ਵਾਲੇ, ਹਾਂ ਸੁਣੇ ਹੁਣੇ? ਹਾਂਜੀ ਹਾਂਜੀ। ਭਰਾ ਤੇ ਉਸ ਭਰਾ ਤੇ ਮੇਰੇ ਛੋਟੇ ਸਕੇ, ਸਕੇ ਭਰਾ ਤੇ 12 ਸਾਲ ਛੋਟੇ ਦੇ ਮਿੱਤੇ। ਕਿਹੜੇ ਬਾਬਾ ਜੀ? ਸੰਤ ਅਜੀਤ ਸਿੰਘ ਪਰਿਵਾਰ ਵਿਛੋੜੇ ਵਾਲੇ, ਪਰਿਵਾਰ ਵਿਛੋੜੇ ਵਾਲੇ ਅਜੀਤ ਸਿੰਘ ਮਸ਼ਹੂਰ ਤੇ ਨਾ। ਹਾਂ 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 ਹਾਂ। ਅੱਛਾ ਤੁਹਾਡੇ ਸਕੇ ਭਰਾ ਤੇ? ਸਕੇ ਭਰਾ ਤੋਂ। ਅੱਛਾ 12 ਸਾਲ ਲੱਗ ਗਿਆ, 10-11 ਸਾਲ ਛੋਟੇ ਦੇ ਮਿੱਤੇ। ਅੱਛਾ ਤੇ ਇਹਦਾ ਮਤਲਬ ਫਿਰ, ਇਹਨੂੰ ਹੱਥ ਲਾ ਲਓ, ਆਹ ਜਿਹੜੀ ਤੁਸੀਂ ਗੱਲ ਦੱਸੀ ਵੀ ਬੜੀ ਮਾਂ ਅਤੇ ਛੋਟੀ ਮਾਂ ਵਾਲੀ, ਇਹ ਫਿਰ ਇਹ ਸਹਿਚਾਰ ਪਿਆਰ ਨਾਲ ਰਹਿੰਦੇ ਸੀ, ਕੋਈ ਦਿੱਕਤ ਨਹੀਂ ਸੀ ਕੁਛ ਵੀ? ਬੜੀ ਮਾਂ ਨੇ ਵਿਆਹ ਕਰਾਇਆ ਫਿਰ ਬਾਪੂ ਜੀ ਨੂੰ ਕਹਿ ਕਾ। ਅੱਛਾ ਕਿਤੇ ਸਾਡੇ ਚਾਚੇ ਨਾਲ ਮਿਣਾ ਮਾਰ ਤਾਂ ਵੀ ਸਾਰੇ ਜੋਗੂ ਜੀ ਮਿਲਣਾ, ਸਾਡੇ ਜੋਗੀ ਜੋਗ ਸਾਰੇ ਜੋਗੇ ਸਭ ਕੁਛ। ਅੱਛਾ ਉਹਨੂੰ ਤਾਨਾ ਮਾਰਿਆ ਮਤਲਬ? ਹਾਂ ਮੈਂ ਫਿਰ ਬਹੁਤ ਕਹਿਣ ਲੱਗੀ ਬਾਪੂ ਜੀ ਨੇ ਮੰਨਿਆ ਮੇਰੇ ਅਸੀਂ ਇਹ ਨਹੀਂ ਕਰਨਾ ਨਹੀਂ। ਅੱਛਾ ਹਾਂਜੀ ਕੁਛ ਵੀ ਹੋਇਆ ਮੈਂ ਜ਼ਰੂਰ ਕਰਨਾ। ਅੱਛਾ ਬਾਪਾ ਚਾਚੇ ਦੀ ਕੁੜੀ ਦਾ ਰਿਸ਼ਤਾ ਹੋ ਗਈ ਸੀ। ਅੱਛਾ ਪਟਿਆਲੇ ਦੇ? ਅੱਛਾ ਪਟਿਆਲਾ ਖੇੜੀ ਦੇ ਪਟਿਆਲਾ ਰਹਿੰਦੇ। ਅੱਛਾ ਕੌਰ ਜੀ ਵਾਲਾ? ਅੱਛਾ ਪਿੰਡ ਦਾ ਪਟਿਆਲਾ ਤੇ ਚੰਨੀ ਮੀਟ ਕਰ ਲਿਆ ਸੀ। ਅੱਛਾ ਚਿੱਲੇ ਕਾ ਭਾਈ ਉਹ ਰਿਸ਼ਤਾ ਹੋ ਗਿਆ, ਉੱਥੋਂ ਦੇ 3-4 ਬੱਚੇ ਦੇ ਅਸੀਂ ਦੇ। ਅੱਛਾ ਅੱਛਾ ਉਹ ਬੜੀ ਪਾਲਦੀ ਜ਼ਿਆਦਾ ਦੀ ਸਾਨੂੰ ਬੜੀ, ਮੇਰੇ ਉਮਰ ਤਾਂ ਕੋਈ ਨਾਲੇ ਨਾਲ ਰੱਖ ਲਈ। ਤੁਹਾਡੇ ਪਿੰਡ ਉੱਥੇ ਪਾਕਿਸਤਾਨ ਤੁਹਾਡੇ ਮੁਸਲਮਾਨ ਦੋਸਤ ਮਿੱਤਰ ਵੀ ਸੀਗੇ, ਕੋਈ ਆਪਸੀ ਸਹਿਚਾਰ ਪਿਆਰ ਮੁਹੱਬਤ ਕਿੱਦਾਂ ਦਾ ਸੀਗਾ? ਜਦ ਥੋੜ੍ਹੀ ਉਮਰ ਦੇ ਦੋਸਤ ਹੁੰਦੇ ਨੇ। ਕੋਈ ਯਾਦ ਕਿਸੇ ਦਾ ਨਾਮ? ਥੋੜ੍ਹੀ ਉਮਰ ਦੇ ਵਿੱਚ ਛੋਟੇ ਬੱਚੇ ਦਾ, ਪਿੰਡ ਵਾਲੇ ਦਾ ਕਿਸੇ ਦਾ? ਉੱਥੇ ਮੁਸਲਮਾਨ ਸਾਡੇ ਪਿੰਡ 'ਚ ਮੁਸਲਮਾਨ ਕੋਈ ਨਹੀਂ ਥਾ, ਥਾ ਹੀ ਨਹੀਂ ਸੀਗਾ ਉੱਥੇ? ਸਾਡੇ ਹਿੰਦੂਆਂ ਦੇ ਪਿੰਡ ਸੀ, ਸਿੱਖਾਂ ਦੇ ਪਿੰਡ ਸੀ? ਹਾਂ ਸਾਰੇ ਸੈਣੀ 'ਤੇ ਰਹਿੰਦੇ। ਅੱਛਾ 38-36 ਲੋਕ ਚੱਕ ਸੈਣੀਆਂ ਦੇ ਤੇ। ਅੱਛਾ
ਬਾਕੀ 36 ਹੋਜਰੇ ਇੱਧਰ ਅਤੇ 37 38 39 ਜਿਹੜੇ ਇਹ ਜੱਟਾਂ ਦੇ ਸਾਰੇ। ਅੱਛਾ, ਸਾਡੇ ਦੋ ਹੀ ਟੱਕ ਸ਼੍ਰੇਣੀਆਂ 'ਤੇ ਜ਼ਿਲ੍ਹੇ ਲੈ ਲਓ। ਤੁਸੀਂ ਜਿਹੜਾ ਵੰਡ ਹੈ, ਵੰਡ ਤੋਂ ਪਹਿਲਾਂ ਪਾਕਿਸਤਾਨ ਵੀ ਜਾਏ, ਇੱਧਰ ਵੀ ਆ ਜਾਂਦੇ ਤੇ ਕਦੀ ਕਦੀ? ਇੱਧਰ ਮੈਂ 3-4 ਬੈਠੀਆਂ ਆ ਲਿਆ। 3-4 ਵਾਲੀ? 3-4 ਵਾਲੀ। ਅੱਛਾ, ਉੱਥੇ ਜਿਹੜਾ ਖਜ਼ਾਨਾ ਦੱਬਿਆ ਤਾ ਉਹ ਉੱਕਣੀ ਰਹਿ ਗਿਆ? ਉੱਕਣੇ ਰਹਿ ਗਿਆ ਉਹ। ਕਿਹਨੂੰ ਪਤਾ ਉਹਦੀ ਕੋਈ ਨਿਸ਼ਾਨੀ ਹੈ ਕਿਸੇ ਨੂੰ? ਕਹਿ ਰਿਹਾ ਮਾਂ ਨੂੰ, ਆਪਣੀ ਦੁੱਖ ਸੁਣ ਲਓ ਗੱਲ, ਬੜੀ ਮਾਂ ਨੂੰ ਮੈਂ ਕਹਿ ਰਿਹਾ। ਅੱਛਾ, ਜਦ ਮਰਜ਼ੀ ਢਿੱਲ ਮਿਸ ਹੋਈ ਆ। ਹਾਂ, ਮੈਂ ਬਥੇਰਾ ਕਿਹਾ ਬਈ ਮਾਂ ਮੈਨੂੰ ਤੂੰ ਜਾਣ ਦੇ। ਅੱਛਾ, ਮੈਂ ਛੋਟੇ ਤਾਂ ਨਾ, ਮੈਂ ਬਹੁਤ ਛੋਟਾ ਤਾ। ਹਾਂ, ਮੈਂ ਕਿਹਾ ਜਦ ਮਜ਼ੂਰੀ ਮਜ਼ਾਰੀ ਲੈ ਕੇ ਜਮਾਂ ਕਿਸੇ ਬੰਦੇ ਨੂੰ ਨਾਲ ਲੈ ਲੈਂਦੇ ਰਿਸ਼ਤੇਦਾਰ ਨੂੰ। ਹਾਂ, ਵੀ ਜਾਏ ਨਾ ਵੀ ਜਾ ਕਾ ਮਨਜੂਰੀ ਦੇ ਨਾਲ ਨਾਲ ਪੁਲਿਸ ਤਾਂ ਹੁੰਦੀ ਉਹ ਇਹ। ਹਾਂ, ਚਲੋ ਵੀ ਚਲੋ ਉਹਦੇ ਉੱਤੇ ਕੱਢ ਲਿਆਊਂਗਾ, ਕੱਢ ਲਿਆਊਂਗਾ ਮੈਂ। ਅੱਛਾ, ਮੰਨੀ ਕਹਿੰਦੀ ਅਸੀਂ ਜਾਣਾ ਜਾਂਦਾ ਜਾਣ ਦੇ, ਅਸੀਂ ਤਾਂ ਜਾਣ ਡਿੰਗ ਨਹੀਂ ਪੱਟਣੀ ਉੱਧਰ। ਅੱਛਾ, ਬੜੀ ਲੱਗੀ ਕਹਿਣ। ਉਹ ਫਿਰ ਜੇ ਤੁਹਾਨੂੰ ਯਾਦ ਹੈ ਕਿੱਥੇ ਪਿਆ ਸੀਗਾ ਉਹ, ਕਿੱਥੇ ਦੱਬਿਆ ਸੀ ਕੁਛ? ਮੇਰਾ ਐਂ ਦਰਵਾਜ਼ਾ ਦਾ। ਅੱਛਾ, ਕਹਿੰਦੀ ਤੂੰ? ਅੱਛਾ, ਇੱਥੇ ਚੱਕੀ? ਅੱਛਾ, ਇੰਨਾ ਮੈਨੂੰ ਪਤਾ ਹੈ। ਅੱਛਾ, ਚੱਕੀ ਦੇ ਥੱਲੇ ਦਾ? ਚੱਕੀ ਦੇ ਥੱਲੇ ਦਾ। ਅੱਛਾ, ਇੰਨਾ ਪਤਾ ਮੈਨੂੰ। ਚਲੋ, ਤੁਹਾਡੇ ਨਾਲ ਨਾ ਗੱਲਾਂ ਕਰਨੀਆਂ, ਕਿਸੇ ਦਿਨ ਇੰਟਰਵਿਊ ਕਰਨੀ ਤੁਹਾਡੀ ਪੂਰੀ, ਸਾਰੀਆਂ ਗੱਲਾਂ ਬਾਤਾਂ ਕਰਾਂਗੇ ਉਰਾਂ ਪਰਾਂ ਦੀਆਂ ਔਰ ਉਸ ਵੇਲੇ ਦੀਆਂ, ਔਰ ਹੋਇਆ ਤਾਂ ਜੋ ਕੁਛ ਵੀ ਸੀ ਮਾੜਾ ਹੀ ਹੋਇਆ ਦਵੱਲੇ ਹੀ। ਬਹੁਤ ਕੁਛ ਮਾੜਾ ਹੋਇਆ, ਬਹੁਤ ਤੁਸੀਂ ਤਾਂ ਦੇਖਿਆ ਨਹੀਂ, ਕਤਲ ਆਮ ਅਸੀਂ ਦੇਖਿਆ, ਪਈਆਂ ਲਾਸ਼ਾਂ ਪਈਆਂ ਢੇਰਾਂ ਦੇ ਢੇਰ। ਅੱਛਾ, ਤੁਸੀਂ ਆਪਣੇ ਅੱਖੀਂ ਦੇਖੇ? ਆਪ ਅਸੀਂ ਦੇਖੇ ਹਾਂ, ਮੁਸਲਮਾਨ ਵੱਡੇ ਪਏ ਇੱਧਰ। ਅੱਛਾ, ਅਸੀਂ ਤਾਂ ਉੱਧਰ ਹੈ ਹੀ ਨਹੀਂ ਨਾ ਜਦ, ਅਸੀਂ ਤਾਂ ਫਿਰ ਜਦ ਇੱਧਰ ਬਾਪੂ ਜੀ ਬਿਮਾਰ ਹੋ ਗਿਆ। ਹਾਂ, ਫਿਰ ਬੜੀ ਛੋਟੀ ਮਾਂ ਨਾਲ ਫਿਰ ਕਹਿਤਾ ਹੀ ਬਿਮਾਰ ਜ਼ਿਆਦਾ ਹੈ, ਰਹਿਣ ਵਾਲਾ ਕੌਣ ਤੁਹਾਡੇ ਕੋਲ? ਮੈਂ ਹੋ ਤਾਂ ਮੈਂ ਵੀ ਇੱਧਰ ਆਇਆ ਪਤਾ, ਬਸ ਫਿਰ ਉਹ ਵੀ ਆ ਗਈ ਇੱਧਰ, ਜਿਹੜੇ ਆਪਣਾ ਘਰ ਤਾਂ ਘਰ ਸੰਭਾਲੇ ਸਾਡੇ ਭੈਣ ਅਰਪਣੂਏ ਨੂੰ। ਅੱਛਾ, ਲਾ ਗਏ ਦੇ ਛੱਤੀ ਚੱਕ ਲਾ ਗਏ ਪੈਂਦਾ ਜਿਕਣਾ ਹਰਾ ਆਹੋ ਐਂ ਪੈਂਦਾ ਪਿੰਡ। ਅੱਛਾ, ਵੀ ਤੁਸੀਂ ਭਾਈ ਦੇਖੋ ਇੱਥੋਂ ਜ਼ਿਆਦਾ ਬਿਮਾਰ ਆ, ਜੇ ਹੁਣ ਤੁਸੀਂ ਕੰਮ ਅੱਛਾ ਕਰਨਾ ਬਾਅਦ ਦੇਖੋ ਜੀ ਕੁਛ ਹੋਣਾ। ਉਹ ਉੱਥੇ ਛੱਡੇ ਉਹਨੇ ਸਾਡੇ ਭੈਣ ਭਣੂਏ ਨੂੰ, ਠੀਕ ਹੈ, 35 ਚੱਕ 'ਤੇ ਛੱਡ ਕੇ ਆ ਗਏ ਉੱਥੇ। ਇੱਥੇ ਆ ਕੇ ਫਿਰ ਸੋਲਣ ਸਾਲਣ ਲੈ ਗਏ ਉਹਨੂੰ, ਅਸਲ 'ਚ ਖੰਘ ਸੀ, ਖੰਘ ਦੇ ਵਿੱਚ ਖੂਨ ਆਉਂਦਾ ਥੁੱਕ 'ਚ। ਅੱਛਾ, ਇੰਨਾ ਮੈਨੂੰ ਪਤਾ ਵੀ ਥੁੱਕ 'ਚ ਖੂਨ ਆਉਂਦਾ ਤਾ। ਅੱਛਾ, ਕੋਈ ਤਾਂ ਕਹਿੰਦਾ ਸਿਰ ਦੀ ਬਿਮਾਰੀ ਆ, ਕੋਈ ਕਹਿੰਦਾ ਤਪ ਦੇਖਾ, ਕੋਈ ਕੁਛ ਕਹਿੰਦਾ ਜ਼ਮਾਨੇ 'ਚ। ਅੱਛਾ, ਇੰਨਾ ਇਲਾਜ ਹੈ ਹੀ ਨਹੀਂ, ਕੋਈ ਇਲਾਜ ਨਹੀਂ, ਕੋਈ ਵੀ ਕੋਈ ਡਾਕਟਰ ਹੀ ਨਹੀਂ ਤਾ, ਨਾ ਕੋਈ ਡਾਕਟਰ ਦਾ ਨਾ ਕੋਈ ਹਕੀਮ ਤਾ, ਮਾੜੇ ਮੋਟੇ ਹਕੀਮ ਤੇ ਬਸ ਉਰਲ ਫਰਲ ਜਿਹੜਾ ਤੁਸੀਂ ਮਾੜੀ ਮੋਟੀ ਦਵਾਈ ਦਵੂਈ ਲਿਖੋ ਇਹੋ ਜਿਹੇ ਹਕੀਮ ਤੇ। ਅੱਛਾ, ਜਦ ਤਾਂ ਵੀ ਨਾ ਪੁੱਛਿਆ, ਕੁਛ ਵੀ ਨਹੀਂ ਪੁੱਛਿਆ ਕਿਸੇ ਨੇ। ਚਲੋ ਦੇਖੋ ਜੀ, ਗੁਰਦੇਵ ਸਿੰਘ ਜੀ ਨਾਲ ਗੱਲਾਂ ਹੋਈਆਂ ਜੀ, ਮੈਂ ਰਾਜੇਸ਼ ਚੋਪੜਾ ਬੱਲੇ ਬੱਲੇ ਫਿਲਮਸ ਐਂਡ ਰਿਕਾਰਡ ਤੋਂ। ਗੁਰਦੇਵ ਸਿੰਘ ਜੀ, ਉਮਰ ਤੁਹਾਡੀ ਹੋ ਗਈ ਹੁਣ 96 ਲੱਗਣਾ, 96 ਲੱਗਣਾ, 2 ਮਹੀਨੇ ਥਾਈ 96 ਲੱਗ ਜਾਣਾ, 25-29 25-29 ਦਾ ਜਨਮ ਹੈ ਤੁਹਾਡਾ। ਲਓ ਸਾਹਿਬ ਤੁਸੀਂ ਹੁਣ 29 ਤਾਂ 70 ਤਾਂ ਪਿੱਛੇ ਲੱਗ ਗਏ, 70 ਤੇ ਉਹੀ ਹੋ ਗਿਆ ਬਸ। 25-29 95 ਸਾਲ, 2 ਮਹੀਨੇ ਤੇ 96 ਲੱਗ ਜਾਣਾ ਹੈ। ਠੀਕ ਹੈ, ਠੀਕ ਹੈ, ਠੀਕ ਹੈ। ਤਾਂ ਤੁਹਾਡੀ ਇੰਟਰਵਿਊ ਕਰਾਂਗੇ, ਪੂਰੀਆਂ ਗੱਲਾਂ ਬਾਤਾਂ ਫਿਰ ਕਰਾਂਗੇ ਬੈਠ ਕੇ, ਹੈ ਨਾ, ਕਿਸੇ ਟਾਈਮ। ਤਾਂ ਬਹੁਤ ਬਹੁਤ ਸ਼ੁਕਰੀਆ, ਪਰਮਾਤਮਾ ਤੁਹਾਨੂੰ ਸਿਹਤ ਜਾਬੀ ਦੇਵੇ, ਲੰਮੀ ਉਮਰ ਦੇਵੇ। ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ। ਕਰਿਓ ਤੁਸੀਂ ਕਮੈਂਟ, ਕਰਿਓ ਬਾਬਾ ਜੀ ਦੀਆਂ ਗੱਲਾਂ ਬਾਤਾਂ ਦੇ ਉੱਤੇ, ਸਰੋਤਿਓ ਤੁਹਾਡੇ ਕੋਲ, ਹਾਂ ਨੇੜੇ ਆ, ਮੈਂ ਆਵਾਂਗਾ ਜੀ ਤੁਹਾਡੇ ਕੋਲ। ਠੀਕ ਹੈ ਜੀ।